ਵਿੱਚ ਕੈਦ ਹੋਈਆਂ ਸ਼ਰੀਆਮ ਗੁੰਡਾਗਰਦੀ ਦੀਆਂ ਤਸਵੀਰਾਂ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ। ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕੁਝ ਮੁੰਡਿਆਂ ਨੇ ਲੈਬੋਰਟਰੀ ਦੇ ਸ਼ੀਸ਼ੇ ਵਾਲੇ ਦਰਵਾਜ਼ੇ ਨੂੰ ਭੰਨ ਕੇ ਚੱਕਨਾਚੂਰ ਕਰਕੇ ਰੱਖ ਦਿੱਤਾ। ਇਸ ਵਾਪਰੀ ਘਟਨਾ ਪਿੱਛੇ ਹਕੀਕਤ ਜਾਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਲੈਬੋਰਟਰੀ 'ਚ ਕੰਮ ਕਰਨ ਵਾਲੀਆਂ ਲੜਕੀਆਂ ਦਾ ਕੁਝ ਦਿਨਾਂ ਤੋਂ ਨਸ਼ੇੜੀ ਪਿੱਛਾ ਕਰਦੇ ਸੀ, ਜਿਨ੍ਹਾਂ ਨੂੰ ਲੈਬੋਰਟਰੀ ਮਾਲਕ ਵੱਲੋਂ ਰੋਕ ਕੇ ਸਮਝਾ ਕੇ ਭੇਜ ਦਿੱਤਾ ਸੀ। ਲੇਕਿਨ ਹੁਣ ਉਕਤ ਨਸ਼ੇੜੀ ਲੜਕੀਆਂ ਨੇ ਆ ਕੇ ਲੈਬੋਰਟਰੀ ਦਾ ਸ਼ਟਰ ਤੋੜਿਆ ਅਤੇ ਉਹਨਾਂ ਦੇ ਸ਼ੀਸ਼ੇ ਦੇ ਦਰਵਾਜ਼ੇ ਤੋੜ ਕੇ ਲੈਬੋਰਟਰੀ ਦੇ ਮਾਲਕ 'ਤੇ ਰੌੜ ਦੇ ਨਾਲ ਹਮਲਾ ਕਰ ਖੂਨੋ ਖੂਨ ਕਰ ਦਿੱਤਾ। ਉੱਥੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰੋਪੀ ਦੀ ਪਹਿਚਾਣ ਕੱਟੂ ਨਾਮਕ ਨੌਜਵਾਨ ਦੇ ਰੂਪ ਵਜੋਂ ਹੋਈ। ਫਿਲਹਾਲ ਉਹਨਾਂ ਵੱਲੋਂ ਲੈਬੋਰਟਰੀ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਟੈਲੀਫੋਨ ਮਸੂਲ ਹੋਇਆ ਸੀ ਕਿ ਮਸੂਲਾਂ ਸੈਕਿੰਡ ਹਾਰਟ ਹਸਪਤਾਲ ਦੇ ਨਾਲ ਦਵਾਈਆਂ ਦੀ ਮਾਰਕੀਟ ਆ, ਉੱਥੇ ਇੱਕ ਸੋਨੂੰ ਵੀਰਪਾਲ ਦੀ ਡਾਕਟਰ ਦੀ ਉਹ ਫੈਸਲਾ ਲੈਬੋਰਟਰੀ ਹੈ, ਉੱਥੇ ਕਿਸੇ ਨੇ ਹਮਲਾ ਕਰਕੇ ਸ਼ੀਸ਼ੇ ਤੋੜਨਾ ਕੀਤੇ ਅਤੇ ਜਿਹੜਾ ਲੈਬੋਰਟਰੀ ਦਾ ਓਨਰ ਹੈ ਸੋਨੂੰ ਵੀਰਪਾਲ ਉਹਦੇ ਸੱਟਾਂ ਮਾਰੀਆਂ। ਇੱਥੇ ਕੁਝ ਵੀ ਪਤਾ ਲੱਗਿਆ ਕਿ ਉਹ ਮੁੰਡਾ ਰਾਤ ਵੀ ਇਹਨਾਂ ਨੂੰ ਕੀ ਪ੍ਰੋਬਲਮ ਕ੍ਰੀਏਟ ਕੀਤੀ ਸੀ, ਉਹਨੇ ਗੱਲ ਦੀ ਗੱਲ ਸ਼ੁਰੂ ਹੋਈ ਹੈ। ਉਸ ਗੱਲ ਤੋਂ ਅੱਜ ਗੱਲ ਕਰਨ ਆਇਆ ਸੀਗਾ ਕਿ ਇਸ ਗੱਲ ਤੋਂ ਇੱਥੇ ਤਕਰਾਰ ਹੋਣ ਕਰਕੇ ਉਹਨੇ ਗੁੱਸੇ 'ਚ ਆ ਕੇ ਆਪਣੇ ਰਾਡ ਲੋਹਾ ਦੇ ਨਾਲ ਸ਼ੀਸ਼ੇ ਤੋੜੇ। ਸਰ, ਬੰਦੇ ਦੀ ਪਹਿਚਾਣ ਹੋ ਗਈ? ਬੰਦੇ ਦੀ ਪਛਾਣ ਨਿਊ ਦੰਤ ਨਗਰ ਬਰਫਾੜੀ ਗਲੀ ਦੇ ਵਿੱਚ ਗੱਟੂ ਦਾ ਛੋਟਾ ਨਾਮ ਹੀ ਪਤਾ ਲੱਗਾ ਹਾਲੇ, ਅਤੇ ਉੱਥੇ ਦਾ ਨਿਵਾਸੀ ਆ ਨਿਊ ਦੰਤ। ਸਰ, ਮਾਮਲਾ ਦਰਜ ਹੋ ਗਿਆ ਇਹਨਾਂ ਦੇ ਖਿਲਾਫ? ਮਾਮਲਾ ਦਰਜ ਹੈ ਜੀ, MLR ਕਟਾਉਣ ਗਏ ਆ ਡਾਕਟਰ ਸਾਹਿਬ ਜੀ, ਜਦੋਂ ਆ ਕੇ ਬਿਆਨ ਦੇਣਗੇ ਜਾਂ ਸਾਨੂੰ ਹਸਪਤਾਲ ਬੁਲਾਇਆ ਡਾਕਟਰ ਨੇ ਦਾਖਲ ਹੋਏ ਤਾਂ ਉੱਥੇ ਜਾ ਕੇ ਬਿਆਨ ਲਿਆ ਜਾਵੇ, ਜੇ ਉਹ ਥਾਣੇ ਆ ਕੇ ਬਿਆਨ ਦਿੰਦੇ ਬਿਆਨ ਸਾਫ ਕਰ ਦੇਣਗੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਜੇਕਰ ਤੁਸੀਂ ਦਰਦਰ ਦੀਆਂ ਠੋਕਰਾਂ ਖਾ ਕੇ ਅੱਕ ਚੁੱਕੇ ਹੋ ਤਾਂ ਹੁਣ ਨਾ ਘਬਰਾਓ, ਤੁਹਾਡੀ ਹਰ ਸਮੱਸਿਆ ਦਾ ਹੱਲ ਹੁਣ ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਫਲੋਰ ਵਾਲੇ ਕਰਨਗੇ। ਜਿਵੇਂ ਕਾਰੋਬਾਰ 'ਚ ਘਾਟਾ, ਘਰ ਵਿੱਚ ਕਲੇਸ਼, ਵਿਦੇਸ਼ ਯਾਤਰਾ ਜਾਂ ਵਿਦੇਸ਼ ਵਿੱਚ ਪੱਕੇ ਹੋਣਾ, ਵਿਆਹ ਜਾਂ ਵਿਆਹ ਵਿੱਚ ਦੇਰੀ ਹੋਣਾ, ਬਿਮਾਰੀ ਤੋਂ ਛੁਟਕਾਰਾ, ਸੰਤਾਨ ਸੁੱਖ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਮਨਚਾਹਾ ਪਿਆਰ, ਨਸ਼ੇ ਤੋਂ ਛੁਟਕਾਰਾ, ਲਵ ਮੈਰਿਜ ਵਾਸਤੇ ਘਰ ਵਾਲਿਆਂ ਨੂੰ ਮਨਾਉਣਾ, ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ ਪੰਡਿਤ ਰਮੇਸ਼ ਕੁਮਾਰ ਜੀ ਵੱਲੋਂ ਕੀਤਾ ਜਾਂਦਾ ਹੈ। ਇੱਥੇ ਗੰਡਮੂਲ ਪੂਜਾ, ਮੰਗਲਿਕ ਪੂਜਾ ਅਤੇ ਟੇਵਾ ਵੀ ਬਣਾਇਆ ਜਾਂਦਾ ਹੈ। ਤੁਸੀਂ ਰੋਂਦੇ ਹੋਏ ਆਓਗੇ ਤਾਂ ਹੱਸਦੇ ਹੋਏ ਜਾਓਗੇ। ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਨਜ਼ਦੀਕ ਸੱਚ ਦੇਵਾ ਆਟੋ ਫਲੋਰ ਜ਼ਿਲ੍ਹਾ ਜਲੰਧਰ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ। ਫੋਨ ਨੰਬਰ 95 929 0727।